ਨਹੀਂ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਕਿਤੇ ਟੀਕਾ ਲਵਾਉਣ ਤੋਂ ਡਰਦੇ ਤਾਂ ਨਹੀਂ 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 ਡਰਨਾ ਕਾਹਦੇ ਤੋਂ ਟੀਕੇ ਭਾਵੇਂ ਜਿੰਨੇ ਮਰਜ਼ੀ ਲਾ ਦੇ ਕੋਈ ਨਹੀਂ ਬਾਕੀ ਹੁੰਦੇ ਬੰਦੇ ਬਾਬੇ ਕਹਿੰਦੇ ਨਹੀਂ ਨਹੀਂ ਮੈਨੂੰ ਡਰ ਲੱਗਦਾ ਮੈਂ ਟੀਕਾ ਨਹੀਂ ਲਵਾਉਣਾ ਆਪੇ ਉੱਤਰ ਜਾਊਗੀ ਸੋਚ ਸੋਚ ਤਾਂ ਉੱਤਰ ਜਾਏ ਸਵੇਰੇ ਪਤਾ ਨਹੀਂ ਲੱਗਣਾ ਕਿੱਧਰ ਗਈ ਅੱਛਾ ਅਸਲਾਮ ਵਾਲੇਕੁਮ ਬਾਬਾ ਜੀ ਵਾਲੇਕੁਮ ਸਲਾਮ ਜੀ ਕੀ ਹਾਲ ਆਪਣਾ ਅੱਲਾ ਦਾ ਸ਼ੁਕਰ ਹੈ ਦੁਆਵਾਂ ਹੈ ਕੀ ਨਾਮ ਆਪਣਾ ਮਦਦ ਅਲੀ ਮਦਦ ਅਲੀ ਜੀ ਅਤੇ ਆਪਣੇ ਅੱਬਾ ਜੀ ਦਾ ਕੀ ਨਾਮ ਅੱਬਾ ਜੀ ਦਾ ਨਾਮ ਹੈ ਗੌਸ ਗੌਸ ਜੀ ਅਤੇ ਆਪਣੀ ਬਰਾਦਰੀ ਕਿਹੜੀ ਰਾਈ ਅਰਾਈ ਤੁਸੀਂ ਅਰਾਈਆਂ 'ਚ ਕੀ ਸਿਖਾਉਂਦੇ ਗੋਸ ਤੁਹਾਡੀ ਕੀ ਆ ਗੋਸ ਸਾਡੀ ਨੈਣ ਨੈਣ ਅੱਛਾ ਇਸ ਵਕਤ ਤੁਸੀਂ ਕਿਹੜੇ ਪਿੰਡ ਬੈਠੇ 463 463 ਪਿੱਛੇ ਦੇਸਾਂ 'ਚ ਆਪਣਾ ਪਿੰਡ ਕਿਹੜਾ ਸੀਗਾ ਆਪਣਾ ਪਿੰਡ ਹੈਗਾ ਜੀ ਜਨਾਬ ਇੱਦਾਂ ਮਾਲਮ 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 ਦੇ ਨੇੜੇ ਤੇੜੇ ਕੋਈ ਦੋ ਚਾਰ ਪਿੰਡਾਂ ਦੇ ਨਾਂ ਲਓ ਤਾਂ ਉਹ ਇੱਕ ਹੈਗਾ ਸਾਡੇ ਜੀ ਕੁਰੀ ਬਾਹਮਣੀ ਅੱਛਾ ਢਾਬਾ ਕਾਲੇ ਕੀ ਕੱਟੀਆਂ ਵਾਲਾ ਪੜੋਲੀ ਵਾਲਾ ਆਹ ਪਿੰਡਾਂ ਦਾ ਮੈਨੂੰ ਪਤਾ ਹੋਰ ਨਾ ਮੈਨੂੰ ਨਹੀਂ ਪਤਾ ਤਹਿਸੀਲ ਕਿਹੜੀ ਲੱਗਦੀ ਸੀ ਆਪਾਂ ਨੂੰ ਤਹਿਸੀਲ ਫਿਰੋਜ਼ਪੁਰ ਫਿਰੋਜ਼ਪੁਰ ਠੀਕ ਹੋ ਗਿਆ ਜ਼ਿਲ੍ਹਾ ਵੀ ਫਿਰੋਜ਼ਪੁਰ ਜ਼ਿਲ੍ਹਾ ਵੀ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਅੱਛਾ ਤੁਹਾਡਾ ਜਿਹੜਾ ਪਿੰਡ ਸੀਗਾ ਉਹ ਤਾਂ ਤੁਹਾਡੀ ਬਾਦੀ ਮਤਲਬ ਬਰਾਦਰੀ ਬੈਠੀ ਜਾਂ ਕੋਈ ਹੋਰ ਵੀ ਸੀਗੇ ਬਾਦਲੇ ਸਾਡੀ ਸਾਰੀ ਬਰਾਦਰੀ ਆਪਦੀ ਰਾਈਆਂ ਦੀ ਸਾਰਾ ਪਿੰਡ ਰਾਈਆਂ ਦਾ ਹੀ ਸੀ ਸਾਰਾ ਪਿੰਡ ਇੱਕ ਸਿੱਖ ਤੇ ਦੋ ਤਿੰਨ ਘਰ ਖੱਤਰੀਆਂ ਦੇ ਤੇ ਦੋ ਤਿੰਨ ਕਾਰੀ ਕੁਛ ਸਹੀ ਸੀ ਵੱਜਦੇ ਹੁੰਦੇ ਸੀ ਉਹ ਪਤਾ ਨਹੀਂ ਕੌਣ ਸੀ ਅੱਛਾ ਚੂੜੇ ਜਾਏ ਠੀਕ ਸੀ ਅੱਛਾ ਜਿਹੜੇ ਤੁਹਾਡੇ ਕਿੱਡਾ ਘਰ ਪਿੰਡ ਸੀਗਾ ਵੱਡੇ ਘਰ ਕਿੱਧਰ ਸੀ ਨਹੀਂ ਪਿੰਡ ਕਿੱਡਾ ਵੱਡਾ ਸੀ ਤੁਹਾਡਾ ਪਿੰਡ ਬਹੁਤ ਵੱਡਾ ਸੀ ਕਿੰਨੇ ਕੁ ਨੰਬਰਦਾਰ ਹੋਣੇ ਇੱਕ ਨੰਬਰਦਾਰ ਸੀ ਕੀ ਨਾਂ ਸੀ ਨੰਬਰਦਾਰ ਉਹਦੇ ਨਾਂ ਸੀ ਅਲੀ ਮੁਹੰਮਦ ਅਲੀ ਮੁਹੰਮਦ ਉਹ ਵੀ ਤੁਹਾਡੇ ਪਿੰਡ ਹਾਂਜੀ ਦੋ ਭਰਾ ਸੀ ਇੱਕ ਦਾ ਨਾਂ ਸੀ ਅਲੀ ਮੁਹੰਮਦ ਇੱਕ ਦਾ ਨਾਂ ਸੀ ਬਾਗ ਅਲੀ ਅੱਛਾ ਬਾਗ ਅਲੀ ਮੇਰੇ ਬਾਬੇ ਨੇ ਉਹ ਹਾਂਜੀ ਮੇਰੇ ਬਾਬੇ ਨੇ ਤੁਹਾਡੇ ਬਾਬੇ ਨੇ ਜਿਹੜੇ ਨੰਬਰਦਾਰ ਸੀਗੇ ਠੀਕ ਹੋ ਗਿਆ ਉੱਥੇ ਕਿੰਨੀ ਕੁ ਜ਼ਿੰਮੇਦਾਰੀ ਸੀਗੀ ਆਪਣੀ ਜ਼ਮੀਨ ਸਾਡੀ ਨਹੀਂ ਸੀ ਜੀ ਅੱਛਾ ਜ਼ਮੀਨ ਇਹ ਸੀ ਨਵਾਬ ਨੂੰ ਜੋੜਦੀ ਅੱਛਾ ਕਿਤੇ ਖੜੇ ਕਦੋਂ ਦੇ ਜਾ ਕੇ ਦੁਨੀਆ ਸਾਡੀ ਬੈਠੀ ਸੀ ਵੱਡੇ ਠੀਕ ਆ ਤੇ ਸਿਰਫ ਮਾਮਲਾ ਦੇਣਾ ਤੇ ਖਾਧੀ ਜਾਂਦੇ ਕੋਈ ਪੁੱਛਦਾ ਨਹੀਂ ਸੀ ਅੱਛਾ ਅੱਛਾ ਫਿਰ ਸਾਡੀ ਜਿਹੜੀ ਆਪਣੀ ਜ਼ਮੀਨ ਹੈ ਆ ਜਿਹੜੀ ਇੱਥੇ ਆ ਕੇ ਪਈ ਇਹ ਹੈਗੀ ਹੈ ਫਿਰੋਜ਼ਪੁਰ ਦੇ ਕੋਲ ਅੱਛਾ ਉਸ ਪਿੰਡ ਦਾ ਨਾਮ ਵੀ ਮਾਲਮ ਹੈ ਉਹਨੂੰ ਰੇਲ ਲੱਗਦੀ ਹੈ ਤੇ ਉੱਥੇ ਆਪਣੇ ਪਿੰਡ ਸਕੂਲ ਸੀਗਾ ਨਾ ਕੋਈ ਸਕੂਲ ਨਹੀਂ ਅੱਛਾ ਕੋਈ ਦੂਰ ਨੇੜੇ ਦੇੜੇ ਕਿਸੇ ਪਿੰਡ 'ਚ ਸਕੂਲ ਹੋਵੇ ਬਾਹਮਣੀ 'ਚ ਹੈਗਾ ਸਕੂਲ ਜਿੱਥੋਂ ਦਾ ਮੌਲਵੀ ਮੇਨ ਹੈ ਅੱਛਾ ਉੱਥੇ ਹੈਗਾ ਸੀ ਉੱਥੇ ਮੇਰੇ ਮੁੰਡੇ ਕੁਝ ਜਾਂਦੇ ਸੀ ਬਿਰਲੇ ਵਾਂਝੇ ਮੇਰੇ ਕੋਈ ਨਹੀਂ ਜਾਂਦੇ ਤੁਸੀਂ ਕਿੱਡੇ ਸੀ ਜਦੋਂ ਜਾਣੇ ਪਏ ਸੀਗੇ ਮੈਂ ਇੰਨਾ ਹੀ ਹੋਵਾਂ ਜਾਂ 8-10 ਸਾਲਾਂ ਦਾ ਜਾਂ 9 ਸਾਲਾਂ ਦਾ ਠੀਕ ਹੋ ਗਿਆ ਫਿਰ ਤੁਹਾਨੂੰ ਹੋਸ਼ ਹੈ ਇੱਧਰੋਂ ਆਉਣ ਹੋਸ਼ ਹੈ ਮੈਨੂੰ ਸਾਰੀ ਜਿਵੇਂ ਜਿਵੇਂ ਹੋਈ ਉਵੇਂ ਮੈਨੂੰ ਸਾਰਾ ਪਤਾ ਜਿਵੇਂ ਜਿਵੇਂ ਤੁਹਾਡੇ ਨਾਲ ਹੋਈ ਆ ਤੁਸੀਂ ਮੈਨੂੰ ਸਾਰੀ ਉੱਦਾਂ ਹੀ ਸੁਣਾਓ ਉਹ ਜੀ ਸਾਡੇ ਨਾਲ ਇਸ ਤਰ੍ਹਾਂ ਹੋਈ ਆਹ ਹੈਗਾ ਲਹਿੰਦਾ ਆਹ ਹੈਗਾ ਵੇਖਣਾ ਚੜ੍ਹਦਾ ਆਹ ਹੈਗੀ ਹੈ ਦੱਖਣ ਆਹ ਹੈਗਾ ਕੁਤਬ ਅੱਛਾ ਐਸ ਮਣੀ ਸਾਡਾ ਵੇਖਣਾ ਖੂਹ ਹੈ ਰਾਤ ਦੇ ਕੋਈ 10 ਦਾ ਟਾਈਮ ਹੈ ਜਾਂ 9 ਦਾ ਟਾਈਮ ਹੈ ਸਿੱਖਾਂ ਨੇ ਆ ਕੇ ਸਾਡੇ ਉਸ ਖੂਹ ਵੱਲੋਂ ਆ ਕੇ ਅਤੇ ਪਿੰਡ ਦੇ ਅੱਗੇ ਨਾਲ ਖਾਲ ਚੱਲਦਾ ਪਿਆ ਅੱਛਾ ਪਾਣੀ ਵਾਲਾ ਅੱਗੇ ਇੱਕ ਅੱਲਾ ਵਾਲਾ ਬੰਦਾ ਫਕੀਰ ਬੈਠਾ ਹੈ ਵਾਹਵਾ ਵੀ 2 ਕਿੱਲੇ ਪਹਿਲੀ ਰੜਾ ਪਿਆ ਉੱਥੇ ਆ ਕੇ ਅਤੇ ਉਹਨਾਂ ਨੇ ਉਹ ਖਾ ਕੇ ਖਲੋ ਕੇ ਉਹਨਾਂ ਆਖਿਆ ਨਿਕਲੋ ਮੁਸਲਿਓ ਇੱਧਰ ਅਤੇ ਬੰਦੇ ਸਾਰੇ ਅੱਗੇ ਜਾਗਦੇ ਸੀ ਸਾਡੇ ਜਿਹੜੇ ਬੰਦੇ ਪੁਰਾਣੇ ਸੀ ਪਲੱਥਾ ਖੇਡਣ ਜਾਣਦੇ ਸੀ ਕੀ ਖੇਡਣਾ ਜਾਣਦੇ ਸੀ ਪਲੱਥਾ ਉਹ ਕੀ ਹੁੰਦਾ ਉਹ ਜੀ ਹੁੰਦਾ ਉਹ ਛੋਟਿਆਂ ਨਾਲ ਖੇਡਦੇ ਅੱਛਾ ਇੱਥੇ ਮਾਰਨੀ ਹੈ ਆਪ ਮਾਰਨਾ ਇੱਥੇ ਲੱਗਣਾ ਤਾਂ ਮਾਰਨੀ ਸਿਰ 'ਚ ਠੀਕ ਆ ਸਿਰ ਤੋਂ ਮਾਰਨੀ ਹੈ ਅਤੇ ਗਿੱਟੇ 'ਤੇ ਠੋਕਣੀ ਹੈ ਠੀਕ ਆ ਪਲੱਥਾ ਉਹਨੂੰ ਆਉਂਦੇ ਨੇ ਠੀਕ ਆ ਅਤੇ ਉਹ ਨਾ ਕੇ ਜੇ ਲਲਕਰਾ ਮਾਰਿਆ ਸਾਡਾ ਆਦਮ ਇਹਨੇ ਨਿਕਲਿਆ ਫਿਰ ਉਸ ਰੋਡ ਨੂੰ ਉਹ ਜਿਹੜਾ ਸਾਡਾ ਮਲੰਗ ਬੈਠਾ ਸੀ ਉਹਨੇ ਡੰਡਾ ਫੜਿਆ ਆਪਣਾ ਬੂਟੀ ਪੀਂਦੇ ਨੇ ਕਹਿੰਦਾ ਤੁਹਾਡੀ ਭੈਣ ਨੂੰ ਤੁਹਾਡੀ ਨੂੰ ਖਲੋ ਜਾਓ ਜ਼ਰਾ ਸਾਡੇ ਬੰਦਿਆਂ ਜੀ ਨਾਰਾ ਮਾਰਿਆ ਜਿਹੜੇ ਨਾਰਾ ਮਾਰਿਆ ਤਾਂ ਉਹ ਸਿੱਖ ਜਿਹੜੇ ਸੀ ਨਾ ਦੋ ਸਿੱਟ ਲੈ ਅੱਛਾ ਦੋ ਸਿੱਟ ਲੈ ਅਤੇ ਸਿੱਖਾਂ ਦੀ ਭਾਜ ਪੈ ਗਈ
ਉਹ ਜਿਹੜੇ ਭਾਜ ਪੈ ਗਈ ਹੈ ਉਹ ਤਾਂ ਭੱਜ ਗਏ, ਉਹ ਜਿਹੜੇ ਮਰ ਗਏ ਸਾਡੇ ਲੋਕ ਬੁੱਧੂ ਅਨਪੜ੍ਹ ਲੋਕ, ਉਹ ਬੰਦੇ ਮਰ ਗਏ ਅਸੀਂ ਫੜ ਜਾਂਦੇ, ਉਹ ਹੋ ਜਾਏ ਯੇ ਹੋ ਜਾਏ ਤਾਂ ਠੀਕ ਆ। ਉਹ ਜਨਾਬ ਉੱਥੋਂ ਚੁੱਕੇ ਅਤੇ ਸਾਡੀ ਪੈਲੀ ਨਿਆਣੀ ਦੇ ਵਿੱਚ, ਜਿਵੇਂ ਇੱਥੇ ਮੈਨੂੰ ਨਿਆਣੀ ਲੱਭੀ ਉਹਦੇ ਵਿੱਚ ਕਮਾਨ ਸੀ, ਉਹਨੇ ਬਿਜਲੀ ਆਪ ਸੁੱਟ ਦਿੱਤੀ। ਠੀਕ ਆ। ਆਪ ਜੋ ਕੁਛ ਹੈਗਾ ਸੀ ਅੱਗੇ ਬੰਨ ਕੇ ਬੈਠੇ ਸੀ ਅਤੇ ਸਵੇਰੇ ਆ ਕੇ ਉਹੀ ਜਿਹੜੇ ਐਸ ਬਣੇ ਇਹਨਾਂ ਦੱਖਣ ਵਾਲੇ ਬਣੇ ਸਿੱਖ ਸੀ, ਵੈਰੋ ਕੋ ਚੱਕ ਸੀ ਸਿੱਖਾਂ ਦਾ ਪੂਰਾ, ਉਹੀ ਆ ਕੇ ਸਵੇਰੇ ਜੱਫੀਆਂ ਪਾ ਕੇ ਮਿਲਦੇ ਨੇ, ਭਰਾਓ ਤੁਸੀਂ ਚਲੇ ਜਾ, ਅਸੀਂ ਕਿੱਧਰ ਜਾਣ, ਸਾਨੂੰ ਤੁਸੀਂ ਛੱਡੀ ਜਾਂਦੇ, ਅਸੀਂ ਕਿੱਥੇ ਜਾਵਾਂਗੇ, ਠੀਕ ਆ, ਆਓ ਅਸੀਂ ਤੁਹਾਨੂੰ ਛੱਡ ਕੇ ਆਉਣੇ। ਅੱਛਾ। ਉਹਨਾਂ ਜਨਾਬ ਆਪਦੇ ਥੜੇ 'ਚ ਲੈ ਗਏ ਨੇ ਪਿੰਡ ਦੇ ਵਿੱਚ, ਐਸ ਬਣੇ ਨੇ ਕੋਈ ਪੰਜਾਂ ਚੌਂ ਮਰਮਿਆਂ ਦਾ ਫੈਸਲਾ ਸੀ ਪਿੰਡ ਦਾ ਅਤੇ ਸਾਡਾ ਉਹਨਾਂ ਦਾ ਸਾਡਾ, ਉੱਥੇ ਲਿਜਾ ਕੇ ਉਹਨਾਂ ਨੇ ਆਖਿਆ ਜੀ ਇੱਥੇ ਠੱਲ, ਉੱਥੇ ਠੱਲ ਕੇ ਅਤੇ ਜਿਸਲੇ ਪੇਸ਼ੀ ਦੇ ਡੀਗਰ ਦਾ ਸੰਨ ਹੋਇਆ ਨਾ, ਉਸਲੇ ਇਹ ਗੱਲ ਜਿਹੜੀ ਸੁਣੀ ਅਸਾਂ, ਹਾਂਜੀ ਹਾਂਜੀ, ਉਹਨਾਂ ਸਿਆਣਿਆਂ ਬੰਦਿਆਂ ਨੂੰ ਆਖਿਆ ਵੀ ਜਾਨਾਂ ਨਹੀਂ ਆਉਣੀਆਂ ਲੈ ਜਾਓ, ਆਹ ਜਿਹੜਾ ਮਾਲ ਧਾਣ ਇਹ ਨਹੀਂ ਜਾਏਗਾ। ਠੀਕ ਆ। ਇਹ ਕੋਠ ਇੱਕ ਘੋੜੀ ਇਹ ਸਾਡੀ ਆਈ ਪਿੰਡ 'ਚ ਸਾਰੇ ਦੇ ਵਿੱਚੋਂ, ਹੋਰ ਕੋਈ ਸ਼ੈ ਨਹੀਂ ਆਈ। ਅੱਛਾ। ਬੰਦੇ ਸਾਡੇ ਦਾ ਕੋਈ ਨੁਕਸਾਨ ਨਹੀਂ ਹੋਇਆ, ਅੱਲਾ ਦੀ ਰਹਿਮਤ ਰਹੀ, ਉਵੇਂ ਤੁਰ ਪਏ ਨੇ। ਅੱਛਾ। ਅੱਗੇ ਆਉਂਦਾ ਹੈ ਪਿੰਡ ਇੱਕ, ਉਹਦਾ ਨਾਂ ਭੁੱਲ ਗਿਆ, ਸੜੀਆਂ ਕੇ ਕੋਈ ਸੜੀਆਂ ਪਿੰਡ, ਉਹ ਸਿੱਖਾਂ ਦਾ ਪਿੰਡ, ਰਜੋਇਆ, ਅਸੀਂ ਇੱਥੇ ਰਜੋਇਆ, ਮਗਰ ਉਹ ਬੰਦੇ ਆਪਣੇ ਨੇ 10 ਨੇ ਜਾਂ 12 ਨੇ, ਉਹਨਾਂ ਜਾ ਕੇ ਫਿਰ ਲਲਕਾਰਾ ਮਾਰਿਆ ਸਿੱਖਾਂ ਨੇ। ਇੱਕ ਕੋਲ ਸੜੀਆਂ ਦਾ ਉਹ ਪਿੰਡ ਦਾ ਫਿਰਦਾ ਸਿੱਖ, ਉਹਨੇ ਆਖਿਆ ਕੁੜੀ ਚੋਦੋ, ਅੱਗੇ ਤਾਂ ਇਹਨਾਂ ਸ਼ੈਕ ਨਹੀਂ ਦਿੱਤੀ, ਹੁਣ ਕੀ ਲੈਣਾ ਜੀ ਇਹਨਾਂ ਮਗਰ, ਪਿਛਾੜ ਚੋ ਉਹਨਾਂ ਜਨਾਬ ਗੋਲੀ ਚਲਾਈ, ਸਾਡਾ ਜਲਾ ਮੁੰਡਾ ਸੀ ਬੜਾ ਜਵਾਨ ਉੱਚਾ ਲੰਬਾ, ਉਹ ਇੱਥੋਂ ਲੰਘ ਗਿਆ। ਅੱਛਾ। ਇਹ ਮੇਰੇ ਵੇਖਣ ਦੀ ਗੱਲ ਹੈ। ਅੱਗੇ ਭਰਾ ਪਿਓ ਸਾਰੇ ਚਾਹੇ ਚਾਚੇ ਅੱਗੇ ਖੜੇ ਸੀ, ਜੇ ਸਾਨੂੰ ਲੱਗ ਜਾਂਦੇ ਸਾਨੂੰ ਕੀ ਸੀ, ਠੀਕ ਆ। ਉਹ ਜਲਾਏ ਗੋਲੀ ਲੱਗ ਗਈ ਉਹਨੂੰ, ਉਸੇ ਵੇਲੇ ਫੜ ਕੇ ਐਡਾ ਦੇਸ਼ ਦਾ ਸਾਡੇ ਵੇਖਣਾ ਮਾਈ ਕੋਲ ਸੀ ਘਿਓ ਦਾ, ਉਹਨੂੰ ਉੱਥੇ ਇੱਕ ਮਣੇ ਨਾ ਖੇਸ ਦੇ ਵਿੱਚ ਪਾ ਕੇ, ਉੱਧਰ ਵੀ ਗੰਢ ਦੇਣੀ ਉੱਧਰ ਤੇਰੀ, ਅਤੇ ਉੱਤੋਂ ਇਹਨੇ ਮੋਢਿਆਂ ਦੇ ਦੋ ਬੰਦਿਆਂ ਨੇ ਚੁੱਕ ਲਿਆ, ਚਲੋ ਬਈ। ਅੱਛਾ। ਉਹ ਸਿੱਖ ਨੇ ਆਖਿਆ ਜੇ ਹੁਣ ਤੁਸੀਂ ਇਹਨਾਂ ਦੇ ਨੇੜੇ ਗਏ ਨਾ, ਤੁਹਾਡੀ ਅਸੀਂ ਜੜ ਵੱਢਣੇ, ਇਹਨਾਂ ਨੂੰ ਜਾਣ ਦਿਓ। ਠੀਕ ਹੋ ਗਿਆ। ਅਸੀਂ ਜਨਾਬ ਅੱਗੇ ਅੱਗੋਂ ਆ ਗਈ ਰਾਤ, ਠੀਕ ਹੋ ਗਿਆ, ਜੰਗਲ ਦੇ ਵਿੱਚ ਇੱਕ ਏਕੜ ਅਤੇ ਉੱਥੇ ਮਾਲ ਬਹਿੰਦਾ ਆਇਆ ਗਰਮੀ ਦੇ ਵਿੱਚ, ਉੱਥੇ ਨਾਲ ਖੂਹ ਦੀ ਇੱਕ ਡੱਲ ਪੁਰਾਣੀ ਕੋਈ ਖੜੀ, ਪੁਰਾਣੇ ਜ਼ਮਾਨੇ ਦਾ ਕੋਈ ਖੂਹ, ਉਸ ਕਿੱਕਰ ਦੇ ਰਾਤ ਕੱਢੀ, ਸਾਰੀ ਰਾਤ ਉਹ ਆਲੇ ਦੁਆਲੇ ਫਿਰਦੇ ਰਹੇ ਨੇ, ਕਿਤੇ ਉਹ ਬੈਠੇ ਹੋ ਤੋਂ ਸਾਹ ਨਿਕਲੇ, ਮਾਈਆਂ ਜਿਹੜੇ ਬੱਚੇ ਰੋਂਦੇ ਤਾਂ ਮੂੰਹ ਲੜਦੇ, ਆਵਾਜ਼ ਨਾ ਜਾ, ਜਨਾਬ ਅੱਲਾ ਦੀ ਮਿਹਰਬਾਨੀ ਦਿਨ ਚੜ ਪਏ। ਅੱਗੇ ਸਰਵਰ ਬੋਦਲਾ, ਉਹਦੇ ਪਿੰਡ ਦੇ ਵਿੱਚ ਦੁਨੀਆ ਇਕੱਠੀ ਹੋਈ, ਅਸੀਂ ਵੀ ਉੱਥੇ ਚਲੇ ਗਏ, ਸਾਡੇ ਬੰਦਿਆਂ ਨੂੰ ਸਰਵਰ ਬੋਦਲਾ ਆਖਣ ਲੱਗਾ, ਅਸਲਾ ਮਹਿਲ ਚੱਲਣਾ, ਬੰਦੇ ਮਹਿਲ ਚੱਲਣਾ, ਉਹਨਾਂ ਵਾਲਾ ਵੀ ਅਤੇ ਤੁਹਾਡੇ ਵਾਲਾ ਵੀ ਸਾਰਾ ਕੁਛ ਲਿਆ ਨਹੀਂ, ਸਾਡੇ ਵੱਡਿਆਂ ਬੰਦਿਆਂ ਨੇ ਆਖਿਆ ਨਹੀਂ ਜੀ ਤੁਸੀਂ ਰਹਿਣ ਦਿਓ, ਸਾਨੂੰ ਅੱਲਾ ਦੇਵੇਗਾ, ਉੱਥੇ ਗਏ ਖਰੇ ਕਿੰਨੇ ਮਰ ਜਾਣ, ਕਿੰਨੇ ਮਰ ਜਾਣ, ਅਤੇ ਤੁਸੀਂ ਰਹਿਣ ਦਿਓ ਜੀ ਸਾਨੂੰ ਅੱਲਾ ਦੇ। ਉਹਦਾ ਪਿੰਡ 'ਚ ਉਹਨੇ ਆਖਿਆ ਇੱਥੋਂ ਜੋ ਜਿਹੜੀ ਸ਼ੈ ਲੱਭਦੀ ਲਿਆ ਕੇ ਖਾਓ, ਖਾਣਾ ਉੱਥੇ ਕੀ ਸੀ ਅਜੇ 5 ਮਿੰਟ ਨਹੀਂ ਹੋਇਆ ਸਾਨੂੰ ਗਿਆਨ, ਉੱਤੋਂ ਏਡੀ ਬਾਰਿਸ਼ ਲੱਸੀ ਇੰਨਾ ਇੰਨਾ ਪਾਣੀ, ਖਲੋਣ ਨੂੰ ਥਾਂ ਨਾ ਲੱਭੇ ਉੱਥੇ ਸੁੱਕਾ ਕਿਤੇ, ਆਖਣ ਲੱਗਾ ਚਲੋ ਘੋੜੀ ਦੇ ਉੱਤੇ ਪੱਕੀ ਰਫਲ ਉਹਦੇ ਕੋਲ, ਜਾਂ ਉਹ ਜਸੇ ਦੇ ਅਗਲੇ ਬਣੇ ਜਾਂ ਪਿਛਲੇ ਬਣੇ, ਜਾਂ ਅਗਲੇ ਬਣੇ ਜਾਂ ਪਿਛਲੇ ਬਣੇ, ਦੋ ਸਿੱਖ ਮੇਰੇ ਵੇਹ ਦੀ ਅੱਖੀ ਉਹਨੇ ਰੇੜੇ, ਗੱਡਾ ਇੱਕ ਫਰੋਲਦਾ ਤਾਂ ਇੱਕ ਉਹਦੀ ਗੱਡੀ ਲਈ ਜਾਂਦਾ, ਉਹਨੇ ਗੱਡੀ ਦੇ ਵਿੱਚ ਮਾਰੀ ਵਿੱਚੇ ਮਾਰਤੀ ਸਿੱਖ ਨੂੰ, ਉੱਥੋਂ ਤੁਰ ਪਏ ਅਸੀਂ ਆ ਗਏ ਐਰ ਸਿਲੇਮਾਨ, ਆਹ ਜਿਹੜਾ ਐਰ ਸਿਲੇਮਾਨ ਇੱਥੋਂ ਅਸੀਂ ਇੱਧਰ ਪਾਕਿਸਤਾਨ 'ਚ ਆ ਗਏ, ਆਹ ਜਿਹੜਾ 12 ਚੱਕ ਮਜ਼ਾ ਕਾਹੜੇ ਦੇ ਸੰਨ 'ਚ, ਉੱਥੇ ਸਾਡੀ ਭੈਣ ਸੀ, ਸਾਡੀ ਇੱਕ ਛੱਡ ਕੇ ਦੋ ਭੈਣਾਂ ਸਾਡੀਆਂ, ਉਹਨਾਂ ਦੇ ਕੋਲ ਅਸੀਂ ਆ ਗਏ ਅੰਦਰ ਲੜੇ ਪੈਣ।
ਚਾਰ ਚੁਫੇਰੇ ਸਾਡੇ ਖੂਹ ਸੀ ਪਿੰਡ ਦੇ, ਜ਼ਮੀਨ ਨਵਾਬ ਮਜ਼ੋੜ ਦੀ, ਬੈਠੇ ਅਸੀਂ ਉੱਥੇ ਸੀ ਸਾਡੇ ਵੱਡੇ ਕਿਤੇ, ਆਹ ਜਿਹੜੀ ਮਾਲਕੀ ਆ ਗਈ ਪਈ ਇਹ ਹੈਗੀ ਸੀ ਪਰੂਈਪੁਰ ਦੇ ਕੋਲ, ਉਹਦਾ ਉਸ ਪਿੰਡ ਦਾ ਨਾਮ ਮਾਲਮ ਸੀ, ਉਹਨੂੰ ਰੇਲ ਲੱਗਦੀ ਸੀ ਪਿੰਡ ਨੂੰ, ਕੋਲ ਸਟੇਸ਼ਨ ਬਣਿਆ ਸੀ ਸਾਹਮਣਾ ਇਸ ਤਰ੍ਹਾਂ ਜਿਵੇਂ ਆਪਣਾ ਸਕੂਲ ਦਾ ਬੂਹਾ, ਜਿੰਨੇ ਵੀ ਇਹਨਾਂ ਨਿਕਲਣਾ ਜਿੰਨਾ ਨਹੀਂ ਨਿਕਲਣਾ ਰੇਲ ਆਈ ਵਿੱਚ ਬਹਿਣਾ ਪਰੂਈਪੁਰ ਸ਼ਹਿਰ ਲੈ ਕੇ ਜਿਹੜੀ ਉਸੇ ਪਿੱਛੇ ਮੁੜ ਜਾਣਾ ਉਸੇ ਗੱਡੀ ਦੇ ਪਿੱਛੇ ਪਿੱਛੇ ਸੰਦ ਜੋ ਪਤਾ ਹੈਗਾ ਸੰਦ ਆ ਹੈ ਮੈਨੂੰ ਪਰ ਠੀਕ ਆ ਮਾਸ਼ਾਅੱਲਾ ਅੱਛੀ ਗੱਲਾਂ ਕਰੀਆਂ ਉਹ ਜ਼ਮੀਨ ਸਾਡੀ ਹੈਗੀ ਸੀ ਉਹ ਜਿਹੜੀ ਸੀ ਅੱਧੀ ਖੂਹ ਦੀ ਅੱਧੀ ਨਹਿਰ ਦੀ ਉਹਨੂੰ ਛਮਾਹੀਆਂ ਪਾਣੀ ਸੀ ਆਹ ਜਿਹੜਾ ਹੁਣ ਕੱਤੇ ਚੜ੍ਹਨਾ ਇਹਦੇ ਆਸੂ ਚੜ੍ਹਨਾ ਇਹਦੇ ਵਿੱਚ ਰੌਣੀ ਕੀਤੀ ਜਾਣੀ ਰੌਣੀ ਕਰ ਕਰਕੇ ਬੰਦਿਆਂ ਵਾਹ ਵਾਹ ਸੁਹਾਗਾ ਦਿੱਤੀ ਜਾਣਾ ਜਾਂ ਕੱਤੇ ਚੜ੍ਹਨਾ ਪੂਰਾ ਬੰਨ੍ਹ ਦੇਣੀਆਂ ਅਤੇ ਕੁੜੀ ਜਿਵੇਂ ਕਣਕ ਛੋਲੇ ਇੰਨਾ ਹੋਣਾ ਅਨਾਜ ਵਿੱਚ ਛਾਡੀ ਗੱਲ ਦੇ ਉਹਨੂੰ ਫਿਰ ਪਿੰਡ ਆਪਦੇ ਪਿੰਡ ਨਾਲ ਪਿੰਡ ਦੇ ਵਿੱਚ ਰੋਡ ਪਏ ਚਾਰ ਚੁਫੇਰੇ ਉੱਥੇ ਲਿਆ ਲਿਆ ਗਾਹਣ ਅੱਛਾ ਇਹਦੇ ਨਾਲ ਕਿ ਫਿਰ ਤੁਹਾਡੇ ਸਾਰੇ ਜੀ ਖੈਰ ਖਰੀਦਣਾ ਹਾਂਜੀ ਇੱਥੇ ਆ ਗਏ ਇੱਥੇ ਆ ਗਏ ਅੱਲਾ ਦੀ ਰਹਿਮ ਫਰੀ ਸਾਡੇ ਜੀ ਦਾ ਕਿਸੇ ਦਾ ਨਾ ਕਿਸੇ ਬੱਚੀ ਦਾ ਨਾ ਕਿਸੇ ਵੱਡੇ ਦਾ ਨਾ ਛੋਟੇ ਦਾ ਠੀਕ ਆ ਨੁਕਸਾਨ ਨਹੀਂ ਹੋਇਆ ਤੁਸੀਂ ਕਿੰਨੇ ਭੈਣ ਭਾਈ ਸੀ ਜਿਹੜੇ ਤੁਸੀਂ ਇੱਥੇ ਆਏ ਅਸੀਂ ਜੀ ਇੱਕ ਮੈਂ ਭਰਾ ਦੋ ਮੇਰੇ ਭੈਣ ਅਤੇ ਅੰਮੀ ਅੰਮੀ ਹੈ ਜੀ ਬਾਪ ਫੌਤ ਹੋ ਗਿਆ ਸੀ ਬਾਪ ਤਾਂ ਮੈਂ ਛੋਟਾ ਜਿਹਾ ਸੀ ਜਿਹੜੇ ਫੌਤ ਮੈਨੂੰ ਇੰਨਾ ਪਤਾ ਵੀ ਆਹ ਮੇਰਾ ਪਿਓ ਹੈ ਅਤੇ ਨਾਨਕੇ ਕਿੱਥੇ ਰਹਿੰਦੇ ਸੀਗੇ ਆਪਣੇ ਨਾਨਕੇ ਮੇਰੇ ਨਾਲ ਸੀ ਮਾਮਾ ਜਿਹੜਾ ਸੀ ਇੱਕੋ ਹੱਥ 'ਚ ਸੀ ਅਸੀਂ ਫਿਰ ਤੁਸੀਂ ਇਹ ਨਹੀਂ ਕਿ ਉਹ ਵੀ ਸਾਰੇ ਨਾਲ ਤੁਹਾਡੇ ਇੱਥੇ ਇਕੱਠੇ ਆ ਗਏ ਹਾਂਜੀ ਅਸੀਂ ਇਕੱਠੇ ਆਏ ਠੀਕ ਹੋ ਗਿਆ ਹੋਰ ਕੋਈ ਗੱਲਬਾਤ ਤੁਹਾਡਾ ਸੁਣਾਉਣ ਨੂੰ ਦਿਲ ਕਰਦਾ ਉਸ ਵੇਲੇ ਨੂੰ ਯਾਦ ਕਰਕੇ ਉਹ ਵੇਲੇ ਨੂੰ ਵੇਲਾ ਤਾਂ ਜੀ ਹੁਣ ਉਸਲੇ ਬਾਲ ਹੁੰਦੇ ਸਨ ਖੇਡਦੇ ਵੀ ਹੁੰਦੇ ਸਨ ਖੇਡਣਾ ਭੈਣ ਚੋਲੇ ਦੇ ਨਾਲ ਜਾਂ ਖੁਦੋ ਨਾਲ ਜਾਂ ਗੁੱਲੀ ਨਾਲ ਠੀਕ ਆ ਲੁਕਣ ਮਿੱਟੀ ਵੀ ਖੇਡਦੇ ਹੁੰਦੇ ਸੀਗੇ ਲੁਕਣ ਮਿੱਟੀ ਵੀ ਖੇਡਣਾ ਜਾਂ ਇਹਨਾਂ ਇੱਕ ਸਾਡਾ ਖੂਹ ਸੀ ਛੋਟੇ ਛੋਟੇ ਹੁੰਦੇ ਸੀ ਅਸੀਂ ਉਹਦੇ ਵਿੱਚ ਜਿਹੜੇ ਚੱਲਾਂ ਉਹਨੇ ਵਿੱਚ ਛਾਲਾਂ ਮਾਰੀ ਜਾਣੀਆਂ ਠੀਕ ਆ ਨਹਾਈ ਜਾਣਾ ਸਾਰੀ ਦਿਹਾੜੀ ਅਤੇ ਉਹ ਸਾਡੇ ਬਾਬੇ ਉਹਦਾ ਨਾਂ ਸੀ ਬਾਬਾ ਰਾਂਝਾ ਅੱਛਾ ਉਹ ਸਕੂਲ ਦੇ ਅਸੀਂ ਨਾਂ ਦੇ ਹੁੰਦੇ ਸੀ ਠੀਕ ਆ ਅੱਛਾ ਇਹ ਅਸੀਂ ਇਹ ਸੁਣਦੇ ਹਾਂ ਕਿ ਉਸਲੇ ਮੁੰਡੇ ਕੁੜੀਆਂ ਰਲ ਮਿਲ ਕੇ ਖੇਡਦੇ ਰਹਿੰਦੇ ਸੀ ਰਾਤ ਨੂੰ ਕਮੇਟੀ ਕੇ ਮਾਂ ਪਿਓ ਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਇਹ ਗੱਲ ਸੱਚੀ ਆ ਬਿਲਕੁਲ ਸੱਚੀ ਵੀ ਜਿੱਥੇ ਨੀਂਦ ਆ ਗਈ ਜਿਹਦੇ ਘਰ ਉੱਥੇ ਸੌਂ ਗਏ ਸੌਂ ਗਏ ਜਿੱਥੇ ਜਿਹੜੇ ਘਰ ਆ ਗਈ ਨੀਂਦ ਉੱਥੇ ਸੌਂ ਗਏ ਇਹ ਨਹੀਂ ਕਹਿੰਦੇ ਮਾਂ ਪਿਓ ਚਲੋ ਭੱਜੋ ਆਪਣੇ ਘਰ ਨਾ ਇੱਕੋ ਜੇ ਬਿਆਦਰੀ ਇੱਕੋ ਹੀ ਮੁੱਢ ਅੱਛਾ ਆ ਜਿਹੜੇ ਨੰਬਰਦਾਰ ਨੇ ਇਹ ਮੇਰੇ ਬਾਬੇ ਨੇ ਨਹੀਂ ਅਸੀਂ ਤਾਂ ਇਹ ਵੀ ਸੁਣਦੇ ਨਾ ਵੀ ਜਿੱਥੇ ਬਹੁਤੇ ਸੋਹਣਾ ਰਿਸ਼ਤੇ ਉੱਥੇ ਲੜਾਈਆਂ ਵੀ ਬੜੀਆਂ ਹੋ ਜਾਂਦੀਆਂ ਸੀਗੀਆਂ ਹਾਂ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ ਕੋਈ ਲੜਦੇ ਸਾਡੇ ਪਿੰਡ ਦੇ ਵਿੱਚ ਇੱਕ ਸਿੱਖ ਸੀ ਇੱਕੋ ਹੀ ਕੀ ਨਾਂ ਸੀ ਉਹਦਾ ਕਰਨੈਲ ਸਿੰਘ ਅੱਛਾ ਅਤੇ ਹੋਰ ਸਾਡੇ ਪਿੰਡ ਦੇ ਵਿੱਚ ਖੱਤਰੀ ਤਿੰਨ ਘਰ ਖੱਤਰੀਆਂ ਦੇ ਖੱਤਰੀਆਂ ਦੇ ਨਾਮ ਯਾਦ ਆ ਹਾਂ ਇੱਕ ਦਾ ਨਾਂ ਹੈਗਾ ਸੀ ਸੁੰਦਰ ਇੱਕ ਦਾ ਨਾਂ ਮੁਸ਼ੀ ਇੱਕ ਦਾ ਨਾਂ ਹੈਗਾ ਸੀ ਬਾਦਰ ਅੱਛਾ ਉਹਨਾਂ ਦੇ ਮੁੰਡੇ ਵੀ ਸੀਗੇ ਮੁੰਡੇ ਹੈਗੇ ਸੀ ਉਹਨਾਂ ਦੇ ਲੱਡੂ ਸੀ ਇੱਕ ਹੈਗਾ ਸੀ ਜੱਗਾ ਇਸ ਤਰ੍ਹਾਂ ਦੇ ਨਾਂ ਸੀ ਉਹ ਕੀ ਕੰਮ ਕਰਦਾ ਸੀ ਤੁਹਾਡੇ ਪਿੰਡ ਹਾਂਜੀ ਜਿਹੜਾ ਸਿੱਖ ਤੁਸੀਂ ਦੱਸਿਆ ਵੀ ਇੱਕੋ ਘਰ ਸਿੱਖਦਾ ਸੀ ਉਹ ਵਾਹੀ ਕਰਦਾ ਸੀ ਅੱਛਾ ਵਾਹੀ ਅਮੀ ਆਪਣੀ ਜ਼ਮੀਨ ਸੀਗੀ ਉਹਦੀ ਵੀ ਇਹ ਨਵਾਬ ਦੀ ਜ਼ਮੀਨ ਨਵਾਬ ਦੀ ਜ਼ਮੀਨ ਉਹ ਵੀ ਵਾਹੁੰਦਾ ਸੀਗਾ ਉਹਦੇ ਵੀ ਕਿਤੇ ਸਾਡੀ ਸਮਾਜ ਤੋਂ ਪਹਿਲੇ ਆਇਆ ਪਹਿਲੇ ਸਾਡੇ ਪਿੰਡ ਸਿੱਖ ਕੋਈ ਨਹੀਂ ਸੀ ਠੀਕ ਹੋ ਸਭ ਇਹਨੇ ਮੁਸਲਮਾਨ ਸੀ ਇੱਕੋ ਬਿਆਦਰੀ ਸੀ ਅੱਛਾ ਤਾਇਆ ਚਾਚਿਆਂ ਦੇ ਵੱਧ ਕੇ ਤੇ ਪਿੰਡ ਬਣਿਆ ਸੀ ਠੀਕ ਆ ਅੱਛਾ ਫਿਰ ਆਪਣੇ ਪਿੰਡ 'ਚ ਕਿੰਨੇ ਖੂਹ ਹੋਣੇ ਖੂਹ ਬੜੇ ਸੀ ਅੱਛਾ ਖੂਹ ਤਾਂ ਹੈਗੇ ਸੀ ਪਿੰਡ ਦੇ ਮਣੇ ਮਣੇ ਖੂਹ ਹੁੰਦੇ ਸੀ ਇੱਕ ਖੂਹ ਹੈਗਾ ਸੀ ਅੱਠਵਾਂ ਉਹਦਾ ਨਾਂ ਸੀ ਬਾਬਾ ਫਤਿਹਦੀਨ ਉਹਨੇ ਲਵਾਇਆ ਸੀ ਉੱਥੋਂ ਪਾਣੀ ਨਹੀਂ ਛੱਪੜਦਾ ਉਹਨੇ ਫਿਰ ਲਵਾਇਆ ਸੀ ਉੱਥੇ ਖੂਹ ਉਹ ਚੱਲਦਾ ਸੀ ਅਤੇ ਪਿੰਡ ਦੇ ਨਾਲ ਨਾਲ ਹੀ ਖੂਹ ਲੱਗੇ ਇੱਕ ਉਹਨੇ ਲਵਾਇਆ ਸੀ ਜਿਵੇਂ ਆਪਣਾ ਸਕੂਲ ਹੈ ਇੱਥੇ ਇਹਨੇ ਲਵਾਇਆ ਸਾਰਾ ਪਿੰਡ ਮੈਨੂੰ ਖੂਹਾਂ ਤੋਂ ਪਾਣੀ ਪੀਂਦਾ ਸੀ ਊਠ ਜੁੜਦੇ ਸੀ ਟੱਕੇ ਜੁੜਦੇ ਸੀ ਖੂਹ 'ਤੇ
ਉੱਠ ਅੱਜ ਜੋੜਦਾ ਨਾ ਅੱਜ ਇਸ ਵੇਲੇ ਭਲਕੇ ਇਸ ਵੇਲੇ ਛੱਡਣਾ ਉਹਨੂੰ ਅੱਠ ਬਾਰ ਉਹਨੇ ਚਲੀ ਜਾਣਾ ਠੀਕ ਆ ਅਤੇ ਸਾਰਿਆਂ ਦੇ ਖੂਹ ਨਵੇਕਲੇ ਹੁੰਦੇ ਸੀ ਜਾਂ ਸਾਂਝੇ ਵੀ ਹੁੰਦੇ ਸੀਗੇ ਹਾਂਜੀ ਖੂਹ ਜਿਹੜੇ ਨਵੇਕਲੇ ਹੁੰਦੇ ਸੀਗੇ ਜਾਂ ਸਾਂਝੇ ਵੀ ਹੁੰਦੇ ਸੀ ਸਾਂਝੇ ਵੀ ਹੈਗੇ ਅੱਛਾ ਨਵੇਕਲੇ ਨਹੀਂ ਅੱਛਾ ਸਾਂਝੇ ਵੀ ਸੀਗੇ ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਖੂਹ ਖੱਟਦੇ ਦੇਖਿਆ ਖੜਦੇ ਆ ਹਾਂ ਖੜਦੇ ਵੇਖੇ ਉੱਥੇ ਜਾਂ ਇੱਥੇ ਉੱਥੇ ਅੱਛਾ ਉਹ ਜਿਹੜੇ ਬਾਬੇ ਫਤਿਹ ਜੀ ਨੇ ਲਾਇਆ ਸੀ ਨਾ ਉਸ ਖੂਹ 'ਚ ਮੈਂ ਜਾ ਕੇ ਪਾਣੀ ਲਿਆਂਦਾ ਸੀ ਅੱਛਾ ਆ ਜਿਹੜੀ ਉੱਤੋਂ ਬਹਾਉਂਦੀ ਨੀ ਡੋਲ ਜਿਹਾ ਚਾਂਪ ਅੱਛਾ ਉਹਨੂੰ ਚਾਂਪ ਆਉਂਦੇ ਨੇ ਐਡੀ ਹੁੰਦੀ ਹੈ ਅੱਛਾ ਉਹਦੇ ਨਾਲ ਬਹਿ ਕੇ ਜਾ ਕੇ ਥੱਲੇ ਪਾਣੀ ਲਿਆਂਦਾ ਸੀ ਪਾ ਕੇ ਜਿਹੜਾ ਉਹ ਖੂਹ ਖੱਟਦੇ ਤੇ ਵੀ ਦੇਖਿਆ ਤੁਸੀਂ ਖੱਟਦੇ ਜਿਸਲੇ ਉਹਨਾਂ ਨੇ ਪਾੜ ਰੱਖਿਆ ਸੀ ਉਹ ਆਪਣਾ ਪਾੜ ਪੱਟਿਆ ਸੀ ਉਸਲੇ ਵੀ ਦੇਖਿਆ ਜਿਹੜੇ ਚੱਕ ਸੁੱਟਿਆ ਉਸਲੇ ਵੀ ਵੇਖਿਆ ਅੱਛਾ ਹੁਣ ਚੱਕ ਦੀ ਗੱਲ ਹੋਈ ਹੈ ਤਾਂ ਮੈਂ ਤੁਹਾਨੂੰ ਉਹੀ ਗੱਲ ਪੁੱਛਣੀ ਹੈ ਵੀ ਚੱਕ ਜਿਹੜਾ ਜਦੋਂ ਉਸਲੇ ਕੋਈ ਸ਼ੈ ਸ਼ੂ ਵੰਡਦੇ ਸੀਗੇ ਉਸੇ ਕੋਈ ਅੱਲਾ ਵਾਸਤੇ ਜਿਹੜੀ ਸ਼ੈ ਵੰਡਣੀ ਚਾਵਲ ਰਿੰਨ ਕੇ ਵੰਡਦੇ ਕੋਈ ਸ਼੍ਰੀਣੀ ਲਿਆ ਕੇ ਵੰਡਦੇ ਠੀਕ ਆ ਉਹ ਵੰਡ ਦੇਣੀ ਰਹਿ ਮੌਲਾ ਕਰਕੇ ਚੁਣਾਈ ਸ਼ੁਰੂ ਕਰ ਮਿਸਤਰੀ ਮਿਸਤਰੀ ਚੁਣਾਈ ਸ਼ੁਰੂ ਕਰ ਜਿਵੇਂ ਉਹ ਗੋਲ ਉਵੇਂ ਹੀ ਗੋਲ ਚੁਣਾਈ ਹੁੰਦੀ ਆ ਜਿਸਲੇ ਉਹ ਬਰਾਬਰ ਆ ਗਿਆ ਬਾਹਰ ਵੀ ਹੁਣ ਮਿਸਾਲ ਆ ਮਕਾਨ ਤੋਂ ਬਾਹਰ ਨਿਕਲ ਗਿਆ ਉਹਦੇ ਉੱਤੇ ਫਿਰ ਪਾਵਣਾ ਭਾਰ ਛਤੀਰ ਰੱਖਣੇ ਆ ਐਡੇ ਐਡੇ ਮੋਟੇ ਆਹ ਗਾਡੂ ਗੂਡੇ ਧੋਣ ਆ ਗਏ ਨੇ ਬਾਲੇ ਰੱਖਣੇ ਆ ਉਹਨੂੰ ਇੰਨਾ ਕੁ ਖੱਪਾ ਰੱਖਣਾ ਜਿੱਥੋਂ ਦੀ ਉਹ ਵੜ ਜਾ ਚਾਂਪ ਜੀ ਇੱਕ ਟੋਬਾ ਆਉਣਾ ਇੱਕ ਆਵੇ ਦੋ ਆਵੇ ਤਿੰਨ ਆਉਣ ਉਹਨੇ ਇੱਕ ਨੇ ਵਿੱਚ ਵੜਨਾ ਉਹਨੇ ਥੱਲੇ ਲਾਉਣੀ ਹੈ ਮਿੱਟੀ 'ਚ ਅਤੇ ਆਵਾਜ਼ ਦੇਣੀ ਅਗਲੇ ਨੂੰ ਉੱਤੋਂ ਖਿੱਚ ਕੇ ਢੱਗਾ ਜੋੜਿਆ ਉਹਨੇ ਖਿੱਚ ਕੇ ਉਹ ਥੱਲੇ ਉਹ ਬਾਹਰ ਛੁੱਟ ਦੇਣੀ ਚੱਲ ਵੀ ਫਿਰ ਥੱਲੇ ਠੀਕ ਠੀਕ ਕਿੰਨੀ ਗਹਿਰਾਈ 'ਤੇ ਪਾਣੀ ਆ ਜਾਂਦਾ ਸੀਗਾ ਪਾਣੀ ਨੇੜੇ ਸੀ ਨੇੜੇ ਸੀਗਾ ਪਾਣੀ ਜਨਾਬ ਜਿਸਲੇ ਆਹ ਜਿਹੜੇ ਦਿਨ ਲੰਘਦੇ ਨਾ ਪਏ ਸਾਡੇ ਆ ਸਾਵਣ ਅਤੇ ਪਾਤਰੋਂ ਦੇ ਬਾਰਿਸ਼ ਸ਼ੁਰੂ ਹੋ ਪਈ ਹੈ ਨਾ ਇੱਥੇ ਆਹ ਆਹ ਥੱਲੇ ਖੂਹ ਇੱਥੇ ਬਹਿ ਕੇ ਉਹਦੇ ਬੁੱਖ ਨਾਲ ਪਾਣੀ ਪੀ ਇੰਨਾ ਪਾਣੀ ਉੱਤੇ ਆ ਜਾਂਦਾ ਸੀ ਤੇ ਪਾਣੀ ਕਿੱਦਾਂ ਦਾ ਸੀਗਾ ਹਾਂਜੀ ਪਾਣੀ ਕਿੱਦਾਂ ਦਾ ਸੀਗਾ ਜ਼ਾਇਕੇ ਦੇ ਵਿੱਚ ਬੜਾ ਵਾਧੂ ਪਾਣੀ ਮਿੱਠਾ ਪਾਣੀ ਤੇ ਵਧੀਆ ਠੰਡਾ ਇਹ ਨਹੀਂ ਸੀ ਵੀ ਕੌੜਾ ਕੋਈ ਕੜੱਤਣ ਨਹੀਂ ਕੋਈ ਉਹਦੇ ਵਿੱਚ ਸ਼ੈ ਨਹੀਂ ਪਾਣੀ ਵਧੀਆ ਪੀਣ ਨੂੰ ਅੱਛਾ ਤੁਹਾਡੇ ਇਲਾਕੇ ਵਿੱਚ ਮੇਲੇ ਠੇਲੇ ਲੱਗਦੇ ਸੀਗੇ ਮੇਲੇ ਲੱਗਦੇ ਸੀ ਮੰਡੀ ਲੱਗਦੀ ਸਾਡੇ ਜਲਾਲਾਬਾਦ ਅੱਛਾ ਸ਼ਹਿਰ ਦੇ ਵਿੱਚ ਉਹ ਬੰਦਿਆਂ ਨੇ ਆਉਣਾ ਚਾਰ ਕੋ ਪੰਜ ਸੱਤ ਕਿਸੇ ਨੇ ਉੱਠਦੇ ਆ ਜਾਣਾ ਕਿੰਨਾ ਤੁਰ ਕੇ ਆ ਜਾਣਾ ਉੱਥੋਂ ਆਪਦਾ ਸਾਰੇ ਜਿਹੜੇ ਵੇਹਦਿਆਂ ਖਾਂਦਿਆਂ ਪੀਂਦਿਆਂ ਫਿਰਨਾ ਅਤੇ ਸ਼ਾਮ ਨੂੰ ਆਪਦਾ ਘਰ ਅੱਲਾ ਦਾ ਖਰਚਾ ਪਾਣੀ ਕਿੰਨਾ ਲੱਭਦਾ ਸੀ ਮੇਲੇ ਦਾ ਖਰਚਾ ਪਾਣੀ ਵੇਚਣਾ ਬੜੇ ਤੋਂ ਬੜਾ ਵੀ ਲੱਭਦਾ ਸੀ ਨਾ ਕਿਸੇ ਨੂੰ ਦੋ ਰੁਪਈਏ ਕਿਸੇ ਨੂੰ ਤਿੰਨ ਰੁਪਈਏ ਕਿਸੇ ਨੂੰ ਚਾਰ ਰੁਪਈਏ ਇਹ ਤੋਂ ਬਾਅਦ ਖਰਚਾ ਨਹੀਂ ਚੌਂ ਦੀ ਮਾਂ ਹੈ ਉਹ ਜਲੇਬ ਜੀ ਲੈ ਲੈਂਦੇ ਤਾਂ ਉਹਦਾ ਬੰਦਾ ਉਹਨੇ ਖਾ ਨਹੀਂ ਸਕਦਾ ਸੀ ਆਹੋ ਆ ਜਿਹੜੀ ਜਲੇਬੀ ਜਲੇਬੀ ਦੂਜੀ ਆ ਬਰਫੀ ਜਿਹੜੀ ਹੋਰ ਜਿਹੜੀ ਮਰਜ਼ੀ ਸ਼ੈਲ ਇਹ ਮਿਠਾਈ ਵਲੈਤੀ ਖੰਡ ਨਾਲ ਬਣਦੀ ਸੀਗੀ ਜਾਂ ਦੇਸੀ ਖੰਡ ਨਾਲ ਵਲੈਤੀ ਨਾਲ ਦੇਸੀ ਤੋਂ ਉਹਦੇ ਉੱਧਰ ਹੀ ਬਣੀ ਸੀ ਅੱਛਾ ਵਲੈਤੀ ਤਾਂ ਹੱਥ ਹਾਲਾਂਕਿ ਅਸੀਂ ਕਹਿੰਦੇ ਹਾਂ ਸੁਣਦੇ ਹਾਂ ਵਲੈਤੀ ਵਲੈਤੀ ਖੰਡ ਪਾਉਂਦੇ ਸੀ ਵਲੈਤੀ ਖੰਡ ਪਾਉਂਦੇ ਸੀ ਵਲੈਤੀ ਨਾਲ ਬਣਾਉਂਦੇ ਸੀ ਦੇਸੀ ਖੰਡ ਇੱਧਰ ਆ ਕੇ ਲੱਗੀਆਂ ਬਣਾਉਣ ਅੱਛਾ ਉੱਧਰ ਨਹੀਂ ਬਣਾਏ ਅਤੇ ਵਿਆਹਾਂ 'ਤੇ ਖਾਣੇ ਛਾਣੇ ਖਾਧੇ ਪਕਾਉਂਦੇ ਹੁੰਦੇ ਸੀਗੇ ਵਿਆਹ 'ਤੇ ਗੋਸ਼ਤ ਅੱਛਾ ਵੈਰ ਕਰ ਲੈਣੀ ਹਾਂ ਬੱਕਰਾ ਕਰ ਲੈਣਾ ਜਿਵੇਂ ਜਿਵੇਂ ਕਿਸੇ ਦੀ ਪਹੁੰਚ ਠੀਕ ਹੋ ਗਈ ਜਿੰਨੀ ਕਿਸੇ ਜਿਸਤੀ ਉੰਨੀ ਕਰਨੀ ਬਸ ਠੀਕ ਹੋ ਗਿਆ ਜੰਝਾਂ ਜਾਣਾ ਹੈ ਰਾਤ ਰਹਿਣਾ ਅਗਲੇ ਭਾਵੇਂ ਚਾਵਲ ਦੇ ਦੇਣ ਗੋਸ਼ਤ ਦੇ ਦੇਣ ਜੋ ਮਰਜ਼ੀ ਦੇ ਦੇਣ ਉਹ ਸਵੇਰੇ ਖਾ ਕੇ ਅਤੇ ਚੱਲ ਵੀ ਕਰ ਅਤੇ ਬਰਾਤ 'ਤੇ ਫਿਰ ਜਨਾਨੀਆਂ ਵੀ ਲੈ ਕੇ ਜਾਂਦੇ ਸੀਗੇ ਜਨਾਨੀਆਂ ਕੋਈ ਦੋ ਤਿੰਨ ਵੱਧ ਅੱਛਾ ਜਿਵੇਂ ਆਖਰ ਉਹ ਜਦੋਂ ਜਾਣਾ ਹੈ ਤਾਂ ਉਹ ਕਾਕੀ ਨੂੰ ਲਿਆਉਣਾ ਤਾਂ ਉਹਨੂੰ ਵੀ ਤਾਂ ਕੋਈ ਜਨਾਨੀ ਵੇਖਣਾ ਸਾਂਭ ਕੇ ਲਿਆਉਣਾ ਅੱਛਾ ਫਿਰ ਉੱਥੇ ਵਿਆਹ ਦੇ ਕੋਈ ਸਿੱਟੀਆਂ ਸੁੱਟੀਆਂ ਵੀ ਦਿੰਦੇ ਸੀਗੇ ਜਨਾਨੀਆਂ ਕੋਈ ਨਹੀਂ ਅੱਛਾ ਸਾਡੇ ਲੋਕ ਜਿਹੜੇ ਸੀ ਨਾ
ਪਧਰੇ ਸੀ ਸ਼ਰਾਬ ਅਸਾਂ ਸੁਣੀ ਇੱਧਰ ਆ ਕੇ ਸ਼ਰਾਬ ਵੀ ਲੋਕ ਪੀ ਲੈਂਦੇ ਅੱਛਾ ਤੁਹਾਡਾ ਜਦੋਂ ਵਿਆਹ ਹੋਇਆ ਸੀਗਾ ਹਾਂਜੀ ਬਰਾਤ ਕਿੱਥੇ ਗਈ ਸੀਗੀ ਉਚੋਗੀ ਹਾਂਜੀ ਉਚੋਗੀ ਆਪ ਉਚੋਗੀ ਹੈ ਨਹਿਰੂ ਪਾਰ ਅੱਛਾ ਉਹ ਤੁਹਾਡੇ ਜਿਹੜੇ ਘਰ ਦੇ ਆ ਤੁਹਾਡੇ ਆਪਣੇ ਰਿਸ਼ਤੇਦਾਰਾਂ 'ਚ ਸੀਗੇ ਮੇਰੀ ਫੁੱਫੀ ਦੀ ਧੀ ਫੁੱਫੀ ਦੀ ਧੀ ਸੀਗੀ ਅੱਛਾ ਠੀਕ ਫਿਰ ਉਹਨੂੰ ਕਿੰਨਾ ਕੁ ਜ਼ੇਵਰ ਪਾਇਆ ਸੀਗਾ ਜਦੋਂ ਵਿਆਹ ਹੋਇਆ ਉਹਨੂੰ ਜਿੰਨਾ ਮੈਨੂੰ ਪੁੱਜਿਆ ਸੀ ਉਹ ਪਾਇਆ ਸੀ ਉਸਦੇ ਜ਼ੇਵਰ ਕਿੱਥੇ ਸੀ ਹਾਂ ਉਸਦੇ ਤਾਂ ਉੱਜੜ ਗਏ ਤਾਂ ਅਸੀਂ ਸਿਰਫ ਜਿਵੇਂ ਆ ਕੱਪੜੇ ਨੇ ਨਾ ਤਾਂ ਨਵੇਂ ਨੇ ਪੁਰਾਣੇ ਕੱਪੜੇ ਲੈ ਕੇ ਆਏ ਅਸੀਂ ਹਿੰਦੁਸਤਾਨ 'ਚ ਅੱਛਾ ਅਸੀਂ ਇਹ ਸੁਣਦੇ ਵੀ ਜਿਹੜੇ ਉੱਥੋਂ ਮੁਸਲਮਾਨ ਇੱਥੇ ਆਏ ਸੀਗੇ ਅਤੇ ਬੜੇ ਬੁਰੇ ਹਾਲ ਅਤੇ ਬਾਂਕੇ ਦਿਹਾੜੇ ਜੂਆਂ ਪਈਆਂ ਹੋਈਆਂ ਉਹ ਜੂਆਂ ਨਹੀਂ ਮੈਂ ਤੁਹਾਨੂੰ ਦੱਸ ਹਾਂਜੀ ਜੂਆਂ ਤਾਂ ਪੈਣੀਆਂ ਰਾਤ ਵੀ ਬਾਰਿਸ਼ ਦਿਨ ਵੀ ਬਾਰਿਸ਼ ਅਤੇ ਕੱਟੇ ਮਿੱਟੀ ਪੈਂਦੀ ਰਹਿੰਦੀ ਸੀ ਅਜੇ ਦੀ ਬਿਮਾਰੀ ਸ਼ੁਰੂ ਹੋਈ ਇੱਥੇ ਆ ਕੇ ਕਿੱਥੇ ਇੱਥੇ ਆਪਣੇ ਪਾਕਿਸਤਾਨ 'ਚ ਅੱਛਾ ਇੱਥੇ ਆਮ ਬੰਦੇ ਵੇਖੇ ਨੇ ਆਹ ਜਿਹੜੀ ਅਕਾੜੇ ਆਈ ਸੜਕ ਪੱਤੋਂ ਨੂੰ ਜਾਂਦੀ ਹੈ ਲਾਹੌਰ ਨੂੰ ਸਿੱਧੀ ਜਾਂਦੀ ਹੈ ਕਈ ਵੇਖੇ ਨੇ ਉੱਥੇ ਵੇਖ ਨਾ ਮਰੇ ਪਏ ਨੇ ਅਤੇ ਇੱਥੇ ਜਿਹੜਾ ਆਪਦੇ ਜਿਹਦੇ ਜਿਹਦਾ ਹੈਗਾ ਉਹ ਇੱਥੋਂ ਉੱਠ ਕੇ ਉੱਥੇ ਹੋ ਗਏ ਉਹ ਉੱਥੇ ਹੀ ਪਿਆ ਦਫ਼ਨ ਕਰਨ ਦੀ ਵੀ ਕਿਸੇ ਕੋਲ ਸ਼ੈ ਹੀ ਕੋਈ ਨਹੀਂ ਉਹਨੂੰ ਕਿਤੇ ਟੁਆ ਕੱਢ ਕੇ ਨੱਪਦੀ ਇੱਕ ਥਾਂ 'ਤੇ ਅੱਠ ਬੰਦੇ ਵੇਖੇ ਵੱਡੇ ਅੱਛਾ ਆਹ ਜਿਹੜੀ ਆ ਕੱਢਿਆ ਨਹਿਰ ਵੱਡੀ ਅੱਛਾ ਇਹਦੇ 'ਚ ਮੇਰੇ ਤੋਂ ਵੱਡੇ ਸੀ ਦੋ ਮੇਰੇ ਮਾਮੇ ਦੇ ਪੁੱਤ ਉਹਨਾਂ ਨਾਲ ਸੀ ਮੈਂ ਅਤੇ ਲੱਗੇ ਜਾਂਦੇ ਅਤੇ ਵੱਢ ਕੇ ਸਿੱਟੇ ਪਿਆ ਉੱਥੇ ਨਹੀਂ ਵੱਡੇ ਜਿਹੜੇ ਪੈਸੇ ਮੁਸਲਮਾਨ ਸੀਗੇ ਜਾਂ ਸਿੱਖ ਸੀਗੇ ਸਿੱਖ ਅੱਛਾ ਸਿੱਖ ਵੱਡੇ ਪੈਸੇ ਅਤੇ ਜਿਹੜੇ ਤੁਸੀਂ ਇਸ ਪਿੰਡ 'ਚ 463 'ਚ ਆਏ ਸੀਗੇ ਹਾਂਜੀ ਅਤੇ ਇਹ ਕਿੱਡਾ ਵੱਡਾ ਪਿੰਡ ਸੀਗਾ ਇਹ ਹੈਗਾ ਸੀ ਚੌਂ ਲੈਣਾਂ ਦੇ ਵਿੱਚ ਅੱਛਾ ਆਹ ਜਿਹੜੀ ਪੰਜਵੀਂ ਲੈਣ ਇਹਦੀ ਬਰੀਜੀ ਹੈ ਇਹ ਬਾਅਦ 'ਚ ਬਰੀਜੀ ਆਹ ਲੈਣ ਖਾਲੀ ਸੀ ਅੱਛਾ ਸਾਰੀ ਇਹ ਪਿੰਡ ਸਿੱਖਾਂ ਦਾ ਸੀਗਾ ਇਹ ਸਿੱਖਾਂ ਦਾ ਅੱਛਾ ਕੋਈ ਪਤਾ ਤੁਹਾਨੂੰ ਇਸ ਪਿੰਡ ਦਾ ਜਿਹੜਾ ਵੱਡਾ ਜ਼ਿੰਮੇਦਾਰ ਮਸ਼ਹੂਰ ਕਿਹੜਾ ਹੋਊਗਾ ਵੱਡਾ ਮਸ਼ਹੂਰ ਇੱਥੇ ਹੈਗਾ ਸੀ ਸੀਤਾਰਾਮ 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 ਇਹ ਤਾਂ ਫਿਰ ਹਿੰਦੂ ਹੋਇਆ ਹਿੰਦੂ ਹੋਇਆ ਸਿੱਖ ਸੀਗਾ ਉਹਦਾ ਘਰ ਵੀ ਸੀਗਾ ਇੱਥੇ ਕਿੱਥੇ ਘਰ ਸਾਰਾ ਕੁਛ ਉਹਦਾ ਦੋ ਮਰੱਬੇ ਉਹਦੀ ਜ਼ਮੀਨ ਹੈ ਉਹਦੀ ਹਵੇਲੀ ਵੀ ਹੋਣੀ ਫਿਰ ਹਾਂਜੀ ਹਵੇਲੀ ਸੀਗੀ ਹਵੇਲੀ ਉਹਦੇ ਖਰੀ ਗੱਲ ਆ ਜਿਹੜੇ ਦੋ ਹਾਥੇ ਉਹਦੇ ਕਿੱਲੇ ਕਿੱਲੇ ਨੂੰ ਜੇ ਵੇਖਣਾ ਮਰੱਬੇ ਮਰੱਬੇ ਨੂੰ ਆਟਾ ਦਿੱਤਾ ਠੀਕ ਆ ਅਤੇ ਅੱਲਾ ਜਾਣੇ ਇਹ ਨਹੀਂ ਮੈਨੂੰ ਪਤਾ ਰਾਤੇ ਉਹਦੇ ਖੇੜੇ ਨੇ ਠੀਕ ਹੋ ਗਿਆ ਚਲੋ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ